ਔਖੇ ਵੇਲੇ ਵਿੱਚ ਮੰਨਦੇ ਆ ਮੌਜ ਗੁਰੂ ਦੀ, ਔਖੇ ਵੇਲੇ ਵਿੱਚ ਮੰਨਦੇ ਆ ਮੌਜ ਗੁਰੂ ਦੀ। ਦੇਖ ਦਿੱਲੀਏ ਬੈਰੀਕੇਡ ਤੇ ਬੈਠੀ ਹੈ ਫੌਜ ਗੁਰੂ ਦੀ, ਦੇਖ ਦਿੱਲੀਏ ਬੈਰੀਕੇਡ ਤੇ ਬੈਠੀ ਹੈ ਫੌਜ ਗੁਰੂ ਦੀ। ਕਹਿੰਦੇ ਨੇ ਮਿੱਟੀ ਸੇ ਗਹਿਰਾ ਰਿਸ਼ਤਾ ਰੱਖਤਾ ਹੂੰ, ਮਿੱਟੀ ਸੇ ਗਹਿਰਾ ਰਿਸ਼ਤਾ ਰੱਖਤਾ ਹੂੰ, ਕਿਸਾਨ ਕਾ ਬੇਟਾ ਹੂੰ, ਇਹ ਗਰਵ ਸੇ ਕਹਿਤਾ ਹੂੰ। ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਗੁਰਪੁਰਬ ਦੀਆਂ ਬਹੁਤ ਬਹੁਤ ਮੁਬਾਰਕਾਂ, ਕਰੋੜਾਂ ਕਰੋੜਾਂ ਮੁਬਾਰਕਾਂ। ਮੁਬਾਰਕਾਂ ਦੇ ਨਾਲ ਮੁਬਾਰਕਾਂ ਕਾਨੂੰਨ ਰੱਦ ਹੋਣ ਦੀਆਂ, ਸਾਰੇ ਕਿਸਾਨਾਂ 'ਚ ਖੁਸ਼ੀ ਦਾ ਮਾਹੌਲ ਹੈ। ਅਤੇ ਮੈਂ ਤੁਹਾਨੂੰ ਦਿਖਾਊਂਗਾ ਹੁਣ ਟੋਲ ਟੈਕਸਾਂ 'ਤੇ ਜਿਹੜੇ ਕਿਸਾਨ ਬੈਠੇ ਨੇ ਕਾਫੀ ਲੰਬੇ ਸਮੇਂ ਤੋਂ, ਅਤੇ ਕਿੱਦਾਂ ਦੀ ਫੀਲਿੰਗ ਹੈ ਉਹਨਾਂ ਦੇ ਅੰਦਰ। ਅਤੇ ਮੇਰੇ ਬਲੌਗ ਨਾਲ ਇੱਦਾਂ ਹੀ ਜੁੜੇ ਰਹੋ, ਇੱਦਾਂ ਹੀ ਪਿਆਰ ਦਿੰਦੇ ਰਹੋ। ਲਵ ਯੂ ਸਾਰਿਆਂ ਨੂੰ। ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ। ਉਹ ਕਹਿੰਦੇ ਕਿੱਥੇ ਆ ਗਏ? ਕਹਿੰਦੇ ਤਾਰੇ ਬਾਈ ਕੋਲ ਆ ਗਏ ਯੂਨੀਵਰਸਿਟੀ ਦੇ ਵਿੱਚ। ਅੱਜ ਬਾਈ ਮਿਲਿਆ, ਬਹੁਤ ਚੰਗਾ ਲੱਗਿਆ, ਕਾਫੀ ਸ਼ੇਅਰ ਕੀਤੀ। ਥੈਂਕ ਯੂ ਵੈਰੀ ਮੱਚ ਤਾਰਾ ਬਾਈ, ਲਵ ਯੂ ਆ। ਸਾਡੇ ਬਾਈ ਦੀ ਇੰਸਟਾਗ੍ਰਾਮ 'ਤੇ ਬੱਲੇ ਬੱਲੇ ਆ। ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਹਿਲਾਂ ਅਸੀਂ ਬਾਬੇ ਨਾਨਕ ਗੁਰਦੁਆਰੇ ਦੇ ਅਸੀਂ ਲੱਖ ਲੱਖ ਪੰਜਾਬ ਵਾਸੀਆਂ ਨੂੰ ਅਤੇ ਹਿੰਦੂ ਵਾਸੀਆਂ ਸਾਰੇ ਮੁਬਾਰਕ ਦਿੰਦੇ ਹਾਂ ਕਿ ਅੱਜ ਸਾਡੀ ਕਿਸਾਨਾਂ ਦੀ ਜਿੱਤ ਹੋਈ ਹੈ ਅਤੇ ਕਿੰਨੇ ਕਾਲੇ ਕਾਨੂੰਨ ਜਿਹੜੇ ਮੋਦੀ ਨੇ ਬਹੁਤ ਲਏ ਹੈ। ਅਸੀਂ ਸਾਰੇ ਪੰਜਾਬ ਵਾਸੀਆਂ ਨੂੰ, ਸਾਰੇ ਕਿਸਾਨ ਭਰਾਵਾਂ ਨੂੰ, ਮਜ਼ਦੂਰਾਂ ਨੂੰ, ਸਾਰੇ ਮੁਲਾਜ਼ਮਾਂ ਨੂੰ, ਸਾਰੇ ਧਰਮਾਂ ਨੂੰ ਅਸੀਂ ਲੱਖ ਲੱਖ ਮੁਬਾਰਕ ਦਿੰਦੇ ਜਿਹਨਾਂ ਸਾਡਾ ਸਾਥ ਦਿੱਤਾ। ਦਸਾਂ ਦਸਾਂ ਵਿੱਚ ਬੈਠੇ ਜਿਹੜੇ ਨੌਜਵਾਨ ਸਾਡੇ ਸਾਥੀ ਵੀਰ, ਨੌਜਵਾਨ ਸਾਡੇ ਬੱਚੇ, ਸਾਡੇ ਮੁੰਡੇ, ਉਹਨਾਂ ਨੂੰ ਸਾਨੂੰ ਬਹੁਤ ਯੋਗਦਾਨ ਪਾਇਆ। ਇਹਦੇ ਅਸੀਂ ਇਹਨਾਂ ਨੂੰ ਬਹੁਤ ਲੱਖ ਲੱਖ ਮੁਬਾਰਕ ਦਿੰਦੇ ਹਾਂ। ਇਹਨਾਂ ਕਹਿੰਦਾ ਮੈਂ ਗਿਆਨ ਸਿੰਘ ਡਰਾਈਵਰ ਮੁੰਡਲਾ ਬਲਾਕ ਪ੍ਰਧਾਨ ਪਟਿਆਲਾ, ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਪੰਜਾਬ। ਮੋਦੀ ਨੇ ਕਾਨੂੰਨ ਰੱਦ ਕੀਤੇ ਨੇ ਅਤੇ ਨਿਊਜ਼ 'ਚ ਵੀ ਆ ਰਿਹਾ ਸਾਰਾ। ਅਤੇ ਕਿਸਾਨ ਕਹਿ ਰਹੇ ਨੇ ਜਦ ਤੱਕ ਪ੍ਰੋਪਰ ਤੌਰ 'ਤੇ ਬਿੱਲ ਬਿਲਕੁਲ ਰਿਟਰਨ 'ਚ ਰੱਦ ਨਹੀਂ ਹੋ ਜਾਂਦੇ ਉਦੋਂ ਤੱਕ ਉਹ ਦਿੱਲੀ ਨਹੀਂ ਛੱਡਣਗੇ ਅਤੇ ਬੈਠੇ ਨੇ। ਅਤੇ ਉਹ ਵੀ ਘੜੀ ਦੂਰ ਨਹੀਂ ਜਦੋਂ ਬਿੱਲ ਰੱਦ ਵੀ ਹੋ ਜਾਣਗੇ, ਕਿਸਾਨ ਟਰਾਲੀਆਂ ਭਰ ਭਰ ਕੇ ਆਪਣੇ ਫਿਰ ਘਰ ਵਾਪਸੀ ਕਰਨਗੇ। ਜਿਹੜੇ ਕਾਫੀ ਲੰਬੇ ਸਮੇਂ ਤੋਂ ਉੱਥੇ ਬੈਠੇ ਸੀ ਕਿਸਾਨ, ਇੱਕ ਵਾਰ ਵੀ ਘਰ ਨਹੀਂ ਗਏ। ਆਪਾਂ ਪਹੁੰਚ ਗਏ ਏਅਰਪੋਰਟ ਰੋਡ 'ਤੇ ਮੋਹਾਲੀ, ਅਤੇ ਉੱਥੇ ਦਿਖਾਉਣਾ ਖੁਸ਼ੀ ਕਿਵੇਂ ਸਾਂਝੀ ਕਰ ਰਹੇ ਨੇ। ਲਓ ਜੀ, ਇਹ ਰੋਡ ਵੱਜਦਾ ਏਅਰਪੋਰਟ ਰੋਡ, ਅਤੇ ਇੱਥੇ ਖੁਸ਼ੀ ਸਾਂਝੀ ਕਰ ਰਹੇ ਨੇ ਲੱਡੂਆਂ ਦੇ ਨਾਲ, ਪੇਠੇ ਦੀ ਬਰਫੀ ਦੇ ਨਾਲ। ਕੀ ਬਾਤ ਹੈ, ਮੈਂ ਦਿਖਾਉਣਾ ਤੁਹਾਨੂੰ। ਸਾਰੇ ਪੰਜਾਬ ਵਾਸੀਆਂ ਨੂੰ ਕਾਲੇ ਕਾਨੂੰਨ ਰੱਦ ਹੋਣ ਦੇ ਤੇ ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ। ਮਜ਼ਦੂਰ ਏਕਤਾ ਆਈ ਜਾਂਦੇ ਆ, ਆਈ ਜਾਂਦੀ ਆ, ਖੁਸ਼ੀ ਦੇ ਮੌਕੇ ਦੇ ਵਿੱਚ ਭੰਗੜੇ ਪਾਈ ਜਾਂਦੇ ਆ।
देखो जी गुरु का लंगर तैयार हो रहा है, ब्रेड पकौड़े। ये पटियाले सरहंद राजपुरा बाईपास से लंगर वरताया जा रहा है गुरपुरब के मौके पर। गुरपुरब के मौके पर बिल रद्द होने के मौके पर सारी साध संगत नूं बहुत बहुत मुबारक, कंग्रेचुलेशन।